तेरे कर किया हो गया क्या? मैं कम खराब करता की हो गया सुपनिया से पानी फेरता मैं तेरे अंदर हिम्मा मलाई नाल सिद्धी गल हो रही थी मेरी हो रही थी तेरी हिम्मा मलाई नाल नाले मलाई नहीं हुंदी मल नहीं हुंदी है सारा काम कर दिया तेरे मंगुनी बेली सारी तेरी मंजा मल के प्यार है ना एडा गोडे गोडे दिन चढ़िया पिया शर्म मन ला माड़ी मोटी शर्म दिन चढ़ता रहिंदा रात पैंदी रहिंदी है ਅੱਡੀ ਗੱਲ ਹੋ ਰਹੀ ਸੀ ਵਧੀਆ ਬੱਚਾ ਆ ਕੇ ਫਿਕਰ ਪਾਤਾ ਸਾਰਾ ਹੀ ਕੰਮ ਖਰਾਬ ਕਰਤਾ ਇਹਨੇ ਤਾਂ ਫਿਰ ਤਾਂ ਆਪੀ ਵੀ ਆਈ ਕਰ ਗਿਆ ਹੈ ਜਦੋਂ ਇਹਨੂੰ ਕਹੋ ਨਾ ਵੀ ਤੂੰ ਆਪਦੇ ਕੰਮ ਕਰੀ ਜਾ ਸਾਡੇ ਇੰਨੇ ਵਧੀਆ ਕੰਮ ਹੋ ਰਹੇ ਸੀ ਓਏ ਤੈਨੂੰ ਮੈਂ ਕਰਾਉਣੀ ਆ ਕੰਮ ਕਰ ਲਾ ਹਟ ਕੇ ਬੱਚਾ ਆਇਆ ਇਹ ਕੰਮ ਵਾਲਾ ਕੰਮ ਨਹੀਂ ਕੋਈ ਧੰਦਾ ਨਹੀਂ ਭਾਗ ਜਾ ਤੂੰ ਕੀ ਕਹਿਣਾ ਚਲ ਕੰਮ ਕਰ ਬਹੁਤ ਕੰਮ ਤੇ ਕੰਮ ਕਰ ਆਹੋ ਉਹ ਆ ਗਈ ਹੈ ਕਬੜੇ ਹੋਈ बोलती नहीं ना बोलन नु मैं मज गांगी ओए ओ मैं थोड़ी मैं कहना ना होर की मैं कहना मैं ता है कहदा थी कि तेरी आवाज नु सुनी पेड़े च मैं ता कहना अच्छा फिर ता चल ठीक है नाले गल सुन ले पानी गल सुन ले मैं हैगा नहाणा पानी तत्ता कर दे नहीं ता मैं नहीं तो मैं की नहीं तो मैं फिर नहाते ही नहीं फिर मैं तो ना ना मैंने भी क्या था रोग बुड्ढा आया कि नहीं तो मैं नहाता नहीं नहाने तो अगे तू रोज नहाना हफ्ते हफ्ते बाद कपड़े बदलना नहीं नहाएगा मैनू रोग मार दल मैं पानी भी नहीं गर्म करके देना पतीला पे चक के बेड़े च मारो बुड्ढा आया ये रोग मारने वाला नहीं सारा चो लिया मां मैनू सारा कुछ करना पा एक नाम नु मेरा बंदा गा ना कम का ना काज का दुश्मन ना जा वो गल है जी चल बापू जी ने अज गल कर ही लैनी बापू जी हाँ भाई तुसी की करी जाने हो ओ मैं तो पुत्र चिचड़िया की दवाई लेके आया थी मजा ने ना चिचड़िया लग रही ने मैं तो कहती थी बापू जी आना मैनू सारा काम मैनू करना पैंदा नाल तां डंगरां दा मैं करदी आं नाले चुल्ले चौंके दा मैं करदी आं ओह तां मौजां नाल वेड़े च लम्मियां ताणी पए आ कोई उठ के काम कार नहीं करदे मैं हुण किधर नूं जावां ना हले लवली उठा नहीं हले कित्थों उठिया जी ओह तां सुपने लई जांदा वेड़े च क्या किहदा भी शरीर पिया गा चल आए आए करदी आं बापू जी मैं तारां चौके लिआउंदी आं गोडे गोडे दिन चढ़िया पिया ਤੁਸੀਂ ਐ ਕਰੋ ਕੋਈ ਬੰਦਾ ਰੱਖ ਲਓ ਕੰਮ ਵਾਲਾ ਚੱਲ ਇੱਥੇ ਡੰਗਰ ਪਸ਼ੂਆਂ ਦਾ ਉਹ ਕਰੀ ਜਾਊਗਾ ਮੈਂ ਚੁੱਲੇ ਚੌਂਕੇ ਦਾ ਕਰ ਦਿਆ ਤੈਨੂੰ ਕੋਈ ਬੰਦੇ ਅੱਜ ਕੱਲ ਨਾ ਤਸੱਲੀ ਦੇ ਮਿਲਦੇ ਨਹੀਂ ਆ ਪਿੱਛੇ ਕਿ ਰੱਖਿਆ ਸੀਗਾ 3000 ਰੁਪਇਆ ਨਗਦ ਲੈ ਕੇ ਐਡਵਾਂਸ ਮੁੜ ਕੇ ਅੱਜ ਆਉਣਾ ਉਹਦੀ ਬੱਚ ਗਿਆ ਬਾਪੂ ਜੀ ਤੁਸੀਂ ਐਡਵਾਂਸ ਦੇ ਹੀ ਨਾ ਕਰੋ ਤੁਰਤ ਪੈਰ ਜਿੰਨੇ ਕੁ ਬਸ ਪੈਸੇ ਹੁੰਦੇ ਉਹਨੇ ਕ ਦੇ ਦਿਆ ਕਰੋ ਤਾਂ ਭਈ ਨਾ ਪਹਿਲਾਂ ਕੰਮ ਕਰ ਜਦੋਂ ਤੈਨੂੰ ਲੋੜ ਹੋਈ ਜਦੋਂ ਤੇਰੇ ਦਿਨ ਪੂਰੇ ਹੋ ਗਏ ਤੇ ਉਦੋਂ ਤੈਨੂੰ ਉਦੋਂ ਬਾਅਦ ਚ ਪੈਸੇ ਦਿਆ ਕਰਾਂਗੇ ਆਪਾਂ ਵੀ ਗਲਤੀਆਂ ਆਪ ਹੀ ਕਰ ਲੈਂਦੇ ਆ ਮੈਂ ਤੁਹਾਡੇ ਚਾਚੇ ਕੋਲ ਜਾਣਾ ਅੱਛਾ ਉਹਨੇ ਰੱਖਿਆ ਹੋਇਆ ਬੰਦਾ ਉਹਦੇ ਕੋਲੇ ਆਏ ਹੋਣੇ ਉਹ ਤੋਂ ਪੁੱਛ ਕੇ ਦੇ ਚਲੋ ਆਹੋ ਚਲ ਜਾ ਵੜੋ ਨਾਲੇ ਚਾਚਾ ਜੀ ਕੋਲ ਤਾਂ ਵਧੀਆ ਬੰਦੇ ਹੋਣਗੇ ਹਾਂ ਮੈਂ ਧਾਰਾਂ ਚੋ ਲਿਆ ਧਾਰਾਂ ਚੋ ਲਓ ਕੋਈ ਗੱਲ ਮੈਂ ਲਿਆਉਣਾ ਦਵਾਈ ਬਣਾ ਕੇ ਲਿਆਉਣਾ ਪਤਾ ਧਾਰਾਂ ਚੋਣ ਤੋਂ ਬਾਅਦ ਨਾ ਫੇਰ ਉਹਦੇ ਦਵਾਈ ਲਾ ਦਿਓ ਹੈ ਠੀਕ ਹੈ ਪਹਿਲਾਂ ਤਾਂ ਗੋਹਾ ਠਾਵਾਂ ਫੇਰ ਹੀ ਧਾਰਾਂ ਕੱਢੂ ਇਹ ਵੀ ਵਿਚਾਰੀਆਂ ਭੁੱਖੀਆਂ ਮਰਦੀਆਂ ਰਹਿੰਦੀਆਂ ਟਾਈਮ ਨਾਲ ਇਹਨਾਂ ਨੂੰ ਨਹੀਂ ਹਰਾ ਚਾਰਾ ਪੈਂਦਾ ਹਾਲੋ ਇਹ ਉਦੂਆਂ
ਸੰਨੀ ਨੂੰ ਨੱਕ ਮੂੰਹ ਮਾਰਦੀਆਂ ਨੇ। ਪੱਠੇ ਦੱਸ ਹੁਣ ਮੈਂ ਤੁਹਾਨੂੰ ਕਿੱਥੋਂ ਲਿਆ ਕੇ ਪਾ ਦਾਂ। ਜੇ ਕਿਸੇ ਕੰਮ ਕਰਨ ਦੇ ਯੋਗ ਹੋਣ ਤਾਂ ਤੁਹਾਨੂੰ ਪੱਠੇ ਵੀ ਪੈ ਜਾਣ। ਖਾਂਦੀਆਂ ਪੀਂਦੀਆਂ ਇਹ ਟੀਟਨੇ ਮਾਰਦੀਆਂ ਨੇ। ਲਓ ਭਾਈ ਆ ਚੋਕਰ ਪਾ ਦਿਓ ਥੋੜਾ ਜਿਹਾ ਇਹਨਾਂ ਨੂੰ। ਐਂ ਕਿੱਥੇ ਖੜਨਗੀਆਂ ਇਹ? ਆਪਣੇ ਵਾਲੇ ਦਾ ਦੁੱਧ ਪੀਣ ਨੂੰ ਕੰਜਰ ਦੇ ਨਲਾਇਕ ਮੂਹਰੇ। ਐਂ ਨੇ ਵੀ ਕੱਖ ਕੰਡਾ ਪਾ ਦਈਏ ਇਹਨਾਂ ਨੂੰ। ਲੈ ਤੁਸੀਂ ਖਾ ਲਓ ਪਹਿਲਾਂ, ਦੁੱਧ ਦੇਣ ਵੇਲੇ ਤਾਂ ਪਿੱਛੇ ਨੂੰ ਜਾਂਦੀ ਹਾਂ। ਕਰਕੇ ਆਉਣਾ ਅੱਜ ਪਤਾ ਸਰਪੰਚ ਕੋਲੇ ਜਾ ਕੇ ਆਉਣਾ। ਜੇ ਬੰਦਾ ਤੇਜ਼ ਆ ਰਿਹਾ ਤਾਂ ਸਰਦਾ ਨਹੀਂ ਹੈਗਾ। ਨਹੀਂ ਮੈਂ ਮਰ ਜਾ, ਇਹਦਾ ਵੀ ਸਰਿਆ ਹੀ ਪਿਆ, ਦੇਖ ਕਿਵੇਂ ਲੰਮੀਆਂ ਤਾਣੀ ਪਿਆ। ਉਹ ਆਪਣੇ ਬਥੇਰੀਆਂ ਮੈਸਾਂ ਨੇ ਬਥੇਰਾ ਦੁੱਧ ਆਪਣੇ ਕਰੇ। ਉਹ ਤੂੰ ਕੀ ਗੱਲ ਕਰਦੀ ਹੈ? ਲੋੜ ਬਾ ਨਹੀਂ ਤੇਰੇ ਬੋਲ ਦੇਣੀ। ਉਹ ਕੀ ਹੋ ਗਿਆ? ਹੋ ਗਿਆ ਤੇਰੀ ਮਾਂ ਦਾ ਕਾਲਜਾ। ਉਹ ਚੰਗਾ ਮੇਰੀ ਮਾਂ ਨੂੰ ਨਾ ਕੁਛ ਕਹਿ। ਇਹਨਾਂ ਮੇਰਾ ਤਾਂ ਜੀ ਕਰਦਾ ਇੰਨਾ ਵਧੀਆ ਦੁੱਧ ਦਾ ਦੁੱਧ ਤੇਰੇ ਤੇ ਮਧਾ ਦਾ ਮੈਂ। ਵਧੀਆ ਸੁਪਨਾ ਆ ਰਿਹਾ ਤੇ ਮਾਧਰੀ ਦੀ ਇੱਕ ਸੁਪਨਾ ਕੰਡੀ ਗਾਲ ਕੇ ਰੱਖਤੇ। ਸੁਪਨੇ ਲੈਣ ਜੋਗਰਾ ਹੀ ਰਹਿ ਗਿਆ। ਕੋਈ ਕੰਮ ਕੀਤਾ ਵੀ ਕਰਾ ਲਿਆ ਕਰ। ਉਹ ਦੇਖ ਲੈ ਉਧਰ ਬਾਪੂ ਜੀ ਸਾਰੀ ਦਿਹਾੜੀ ਖੱਪਦਾ ਰਹਿੰਦਾ ਕੰਮ ਕਰਦਾ ਰਹਿੰਦਾ, ਤੂੰ ਇੱਥੇ ਵਿਹਲੜ ਪਿਆ ਰਹਿਣਾ ਮੰਜੇ ਤੇ। ਵਿਹਲੜ ਨਹੀਂ, ਐਡੇ ਐਡੇ ਬੰਦੇ ਗੱਲਾਂ ਕਰਦੇ ਨੇ। ਪਹਿਲਾਂ ਹਿਮਾ ਮਲਾਣੀ ਆਈ ਤੀ ਇੱਕ ਦਿਨ, ਹੁਣ ਆਈ ਤੀ ਆਹ ਮਾਧਰੀ ਦੀ ਕਿਸਤ। ਉਸ ਦੀਦੀ ਕਹਿੰਦੀ ਦੁੱਧ ਦਾ ਤਾਂ ਹੁੰਦਾ ਆਪਣੇ ਮਹੱਲ ਹੈ, ਆਪਣੇ ਤਾਂ ਇੰਨੀਆਂ ਮੈਸਾਂ ਇੰਨੀਆਂ ਬਹਿਣੀਆਂ ਨੇ, ਆਹ ਤਾਂ ਤੂੰ ਬਹੁਤ ਵਧੀਆ ਕਰਿਆ, ਖੋਆ ਕੱਢ ਦੇ ਹੁਣ ਹੈ। ਅੱਛਾ ਤੇਰੀਆਂ ਜਿਹੜੀਆਂ ਮਲਾਨੀਆਂ ਮਲੂਨੀਆਂ ਉਹਨਾਂ ਵਾਸਤੇ ਖੋਆ ਕੱਢਦਾ? ਹਾਂ ਬਹੁਤ ਸਿਆਣਾ ਤੂੰ। ਆਹੋ ਨੌਕਰ ਨਹੀਂ ਲੱਗੀਆਂ ਮੈਂ ਤੇਰੀ ਬੱਦਿਆਂ ਤੋਂ ਬਗਿਆ ਉੱਥੇ ਕਰੇ ਕੰਮ ਜਿਹੜਾ ਉਹੀ ਬੈਗਨ ਪਾ ਕੇ ਰੱਖ ਦਿੰਦੀ ਆ ਚੰਗੇ ਭਲੇ ਕੰਮਾਂ 'ਚ। ਉਹੀ ਯਾਰ ਕਿੱਥੇ ਨਾ ਲਹੂ ਪੀਤਾ। ਲਹੂ ਮੈਂ ਨਹੀਂ ਤੂੰ ਪੀਤਾ ਲਹੂ। ਚੰਗਾ ਤੂੰ ਆਪਦੇ ਕੰਮ ਕਰ ਲੈ, ਤੈਨੂੰ ਮੈਂ ਦੱਸਾਂ ਕੰਮ ਤਾਂ ਮੈਂ ਕਰੀ ਜਾਂਦੀ ਆ। ਮਸਾ ਮਸਾ ਕੋਈ ਆਉਂਦਾ ਸੁਪਨੇ 'ਚ? ਆਏ ਕਰ ਇੰਨੇ ਮਹਿੰਗੇ ਮਹਿੰਗੇ ਲੋਕ ਕੋਈ ਨਹੀਂ ਆਉਂਦਾ ਹੈਗਾ ਤੈਨੂੰ ਮੈਂ ਦੱਸਾਂ। ਮੈਂ ਤੈਨੂੰ ਆਏ ਕਰਾ ਦੇਵਾਂ। ਹਾਂ ਤੂੰ ਆਏ ਕਰ, ਜਿਹੜੀਆਂ ਤੇਰੇ ਸੁਪਨੇ 'ਚ ਆਉਂਦੀਆਂ ਨਾ ਤੂੰ ਇਹਨਾਂ ਨੂੰ ਹੀ ਰੱਖ ਲਾ, ਮੈਂ ਤਾਂ ਚੱਲੀ ਆ ਤੇਰੇ ਕੋਲ। ਓ ਨਹੀਂ ਨਹੀਂ ਆਹੋ ਓ ਲੈ ਲਾਲੀ ਉਹ ਜਵਾਨ। ਹਾਂਜੀ ਹਾਂ ਸਰਪੰਚ ਮੇਰਾ ਦੋਸਤ ਆ ਜਿਹਨੇ ਤੈਨੂੰ ਭੇਜਿਆ ਮੇਰੇ ਕੋਲੇ। ਹਾਂਜੀ ਮੈਂ ਸਮਝ ਗਿਆ। ਲੈ ਮੇਰੇ ਸ਼ੇਰ ਐ ਕਰੀ ਤਾਂ ਤੈਨੂੰ ਮੈਂ ਕੰਮ ਸਮਝਾ ਦਿੰਦਾ। ਸਮਝਾ ਜੀ। ਹਾਂਜੀ ਹਾਂ ਆ ਜਾ ਕਰ, ਅੱਜ ਕੰਮ ਸਮਝਾ ਦੋ। ਹਾਂ ਕੰਮ ਤੇ ਕੋਈ ਲਾਂਭਾ ਨਾ ਆਵੇ। ਨਹੀਂ ਕੰਮ ਤੇ ਲਾਂਭਾ ਨਹੀਂ ਆਉਂਦਾ ਜੀ, ਇਹ ਤਾਂ ਤੁਸੀਂ ਫਿਕਰ ਨਾ ਕਰੋ। ਆ ਦੇਖੋ ਲੈ ਲਾਲੀ। ਹਾਂਜੀ ਮੈਂ ਤੈਨੂੰ ਗੱਲ ਦੱਸਦਾ। ਹਾਂਜੀ ਜਿਹੜੀ ਉਹ ਡੱਬੀ ਗਏ ਗਊਗਾ ਨਾ ਉਹ ਮਾਰ ਲਈ ਪਰ ਲਈ ਉਹ ਥੋੜੀ ਜਿਹੀ ਮਾਰਖੰਡ ਆ ਗਈ ਜੀ ਜਿਆਦੇ ਆ ਗਈ ਉਹਨੂੰ ਤਾਂ ਅੱਡ ਬੰਨਦੀ। ਠੀਕ ਹੈ ਜੀ ਹਨਾ ਜਦੋਂ ਧਾਰਾਂ ਚੋਵੇਂਗਾ ਆ ਜਿਹੜੀ ਮੱਝ ਆ ਗਈ। ਹਾਂਜੀ ਇਹ ਇਹਦਾ ਕੱਟੂ ਉਹ ਪਰਲਾ ਉਹ ਪਰਾਂ ਖੜਾ ਜਿਹਾ ਉਹ ਸਿਰੇ ਤੇ ਖੜਾ ਸਿਰੇ ਤੇ ਖੜਾ ਕੱਟੂ। ਠੀਕ ਹੈ ਉਹ ਕੱਟੂ ਛੱਡ ਕੇ ਧਾਰਾਂ ਚੋਲੀ ਉਹ ਆਪਣਾ ਖਲ ਚੋਪਰ ਪਿਆ। ਠੀਕ ਹੈ ਜੀ ਮੇਰਾ ਸ਼ੇਰ ਨਾ ਡੰਗਰਾਂ ਨੂੰ ਰਜਾ ਕੇ ਰੱਖੀ ਪੂਰਾ। ਮੈਂ ਕਹਿੰਦਾ ਤੁਸੀਂ ਟੈਨਸ਼ਨ ਨਾ ਲਓ ਮੇਰਾ ਤੁਹਾਨੂੰ ਕੰਮ ਨਹੀਂ ਦੇਖਿਆ ਹੈਗਾ। ਮੈਂ ਤੈਨੂੰ ਗੱਲ ਦੱਸਾਂ ਹਲੇ ਗੱਲ ਸੁਣ ਲਾ। ਹਾਂਜੀ ਉਹ ਡੱਬੀ ਦੇ ਪਰਲੇ ਪਾਸੇ ਨਹੀਂ ਖੜੀ ਰਹੂ ਉਹ ਲੱਤ ਬਹੁਤ ਮਾਰਦੀ ਹੈਗੀ। ਕੋਈ ਨਹੀਂ ਜੀ ਫਿਕਰ ਨਾ ਫਿਕਰ ਨਾ ਕਰੋ ਜੀ ਚਲ ਮੈਂ ਚੱਲਿਆ ਮੈਂ ਨਾ ਸਾਡਾ ਇੱਕ ਪੰਚਾਇਤੀ ਰੌਲਾ ਜਾਗਾ। ਠੀਕ ਹੈ ਜੀ ਤੂੰ ਮੇਰਾ ਸਿਰ ਕਰਦੇ ਕੰਮ ਸ਼ੁਰੂ ਹੈ। ਮੈਂ ਕਹਿੰਦਾ ਜੀ ਤੁਸੀਂ ਫਿਕਰ ਨਾ ਕਰੋ ਕੰਮ ਦੇਖੋ ਹੁੰਦੇ। ਓਕੇ ਮੈਂ ਤੋਂ ਕੰਮ ਭਾਲਦੇ ਨੇ ਉਹ ਵੀ ਲਾਲੀ ਤੋਂ। ਜੇ ਮੈਂ ਕੰਮ ਕਰਨ ਵਾਲਾ ਹੁੰਦਾ ਫਿਰ ਇੱਕ ਥਾਂ ਮੈਂ ਟਿਕ ਕੇ ਨਾ ਕਰ ਲੈਂਦੇ ਕੰਮ ਕਰਕੇ ਦੇ ਲੈ। ਚਲ ਸੁਖਦੇਵ ਸਿੰਘ ਧਰੀ ਆ ਉਹ ਆ ਜਾ ਆ ਜਾ ਜਗਤਾਰ ਸਿੰਘ ਆ ਗਏ ਆ ਗਏ। ਓਏ ਹੋਰ ਸੁਣਾ ਜਿਗਰੀ ਯਾਰ ਕੀ ਹਾਲ ਹੈ? ਠੀਕ ਠਾਕ ਠੀਕ ਹੋ ਹਾਂ ਹਾਂ ਹੋਰ ਤੂੰ ਸੁਣਾ ਕਿਵੇਂ? ਉਹ ਮੈਂ ਤਾਂ ਬਸ ਹੁਣ ਮਗਾ ਚੱਲ ਇਸ਼ਨਾਨ ਕਰ ਲਈਏ ਜਾਣਾ ਤੇ ਇੱਕ ਮੀਟਿੰਗ ਜੀ ਤੇ। ਅੱਛਾ ਹੋਰ ਆਪਾਂ ਕਿੱਧਰ? ਮੈਂ ਹੁਣ ਤੇਰੇ ਕੋਲ ਹੀ ਆ ਗਿਆ ਮੈਂ ਮੈਂ ਚਾਹ ਪੀਣ ਆਇਆ ਜਾਂ ਤੂੰ ਚਾਹ ਪਿਆ ਮੈਨੂੰ ਬਹਿਣਾ ਬਹਿਣਾ ਹਾਂ ਹੋਰ ਸੁਣਾ। ਹੋਰ ਠੀਕ ਠਾਕ ਆ। ਅੱਛਾ ਚਾਹ ਸਾਡੀ ਭਰਜਾਈ ਨੂੰ ਫੋਨ ਲਾਈ ਗਿਆ ਮੈਨੂੰ ਨਹੀਂ ਪਤਾ ਹੋਰ ਉਹੀ ਪਿਓ ਲਿਆ ਕੇ ਹੋਰ ਕੌਣ ਪਿਓ ਤੂੰ ਗਵਾਂਢਣ ਪਿਓ ਤੈਨੂੰ ਮਗਾਉਣਾ ਚਾਹ। ਹਾਂ ਉਹ ਕਾਲੇ ਉਹ ਜਾ ਕਰ ਦੋ ਕੱਪ ਚਾਹ ਦੇ ਲੈ ਕੇ ਆ। ਇਹ ਬੰਦਾ ਰੱਖਿਆ ਤੁਸੀਂ? ਹਾਂ ਜਗਤਾਰ ਇਹ ਰੱਖ ਲੈ ਤੀ ਹੁਣ ਜਰਾ ਪਰ ਇਹਦੇ ਬਾਰੇ ਨਹੀਂ ਤੈਨੂੰ ਪਤਾ? ਇਹਦਾ ਬੰਦਾ ਹੀ ਦੂਜੇ ਰੋਟਾ ਕਿਵੇਂ ਇਹ ਤਾਂ ਉਹ ਸੋਹਣ ਕੀਆਂ
खेत लकड़ा पईयां तीआं। अच्छा इन्हें तो वह बेचनिया चोरियां बथेरे बंद ने। हाँ तो उन्होंने उदो बाद बिल्लू के रलिया होया वो बिल्लू का ना तेन पता। अच्छा, बिल्लू जो बहादुरपुर उन्होंने बाहरले घरे तीआं मझां तो यही धार चौंदा हुंदा वह चौके की करया करे अद्धा दुद्ध उत्थे रख दिया करे बाकी कहदा करे भी फलानी मैं अपनी मिली हुई नहीं डायरी च अद्धा ही दुद्ध पाया करे। मैं तो थोनू यही कहना भी इतों बचा करो वो तो अपने आला लाली नहीं हैगा। हाँ लाली ने रख लिया मैंने तो पता नहीं थी मैं तो गया थी धरने से। अच्छा थोनू पता मैं तो उतो 1.5 महीने बाद मुड़ के आया। ठीक है ठीक है फिर लाली ने रख लिया हूं देखना चले थी बदल भाई नहीं फिर डक्कर मांगे अपने। मैं चल जगतार फिर तेन दूजी बार अपने ना पांच सात तक दिन अपनी बारी आ भरने ते। अच्छा मेरे नाल चली यार कोई ना कोई ना बाद में चलाओ। अच्छा तुसी हरियाणे दी शराब आ जेड़ी बहुत सस्ती मिलदी आ मैं पिंदा चाह पीना थी चाह तां पई नहीं जा कोई नहीं तेनू अगली बारी चाह पिलावांगा तां तू खट्टा हो गया। चलो ठीक है पाल दा सड़ियां दे करे लस्सियां इत्थे आपे तरस के चाह हुंदी हैगी लै वे मित्रा हार क्यों लिए आप लगता अब्बाया बी वाह खड़ जा फायदा लवे भी नहीं लगे धार चोनिया मैनू लगता भी आए नहीं तू लौट आनी कोई ना कोई तो प्रबंध करना ही पैना मैनू। चल मैं इस धार कड़ दिया पहला फिर देखदा तैनू मैं पालक तोड़ लिया लै बेटा तार चोई जाने चल ऐ कर दी पहला पालक तोड़ लैनी फिर इतों ही फटके लै दी दुद्ध ऐनी चुल्हे चौंके ते की इन्हां नूं चढ़ाउण दा चाची आ दुद्ध फट लैंदे। चल मैं पालक तोड़ दी सी आए कर दोता मैं फड़ लैनी हां तू पालक तोड़ के मैनू फड़ाई मैं रोटी बनानी है। कोई गल नहीं मैं पालक दा तोड़ लैणा दुध लै जो आ दुध अगे नो घट नहीं हैगा। नहीं नहीं थोनू भलेखा लगदा दुध तां हुण नहीं आ जिन्ना पहला सीगा। अच्छा नहीं मैं भी रोज धारा चोनी हां अगे तां कदे दुध घटिया नहीं अज दुध फर्क आ कुछ। चल मैनू भी ए निगाह रखनी गल तो कोई हैगी है। चल कोई ना पुत जे तू सानू चार दा मैं भी तेरी मां नहीं अज शाम तो धारा चौवेगा लग जू पता दुध घट आ तू चूना लाना मेरी गल सुनो मैं थोनू बुला रही हां इधर दरख्तां नू नहीं बुला रही। हां दस ना दो दो फोनां ते की देखी जांदे हो ओ इक ते फिल्म देख रहा हां इक ते मैच देख रहा हां। अच्छा मैच ही देखी जाई उधर ना बैठक रखी वी घर च हुंदा की आ की हुंदा घर च आ जेड़ा काम वाला अपना रख्या लाली। हां ओ कपड़ा करदा कपड़ा कपड़ा आहो कपड़ा कादा दुध दे विच पानी पा पा फड़ाई जांदा आपां नू पानी पा पा फड़ाई जांदा ओ तैं देख्या भी है। आहो मैं देख्या ताही कह रही हां ओए ओए रब्बा ओदो तां कहंदी थी कम वास्ते बंदा चाहिदा बंदा चाहिदा हुण बंदा फूकदा हुण ते तो ओ तैनू लगण लग गया भी ओ कम नहीं करदा ओ चोरियां करदा मैं तां ते तो तंग आ गया। ओहो किवें बड्ड खाणिया वांगू पैंदा हौली भी बोल सकदा मुड़ के सुन लूगा सुन लूगा बापू जी का पीए लग्या वा जिहड़ी सिफारिश पाई आ बापू जी नूं आख्या तां मैं आ
ਵੀ ਸਾਰੀ ਵਾਰੀ ਕੰਮ ਕਰਦੀ ਮਰਦੀ ਆ ਕੋਈ ਬੰਦਾ ਰੱਖ ਲੋ ਤਾਂ ਰੱਖਿਆ ਉਹ ਤੇਰੇ ਕਹਿਣੇ ਤੇ ਨਹੀਂ ਰੱਖਿਆ ਓਏ ਉਹ ਚੰਗਾ ਚੰਗਾ ਔਰ ਇਹ ਗੱਲ ਚ ਆਪਦੇ ਨੰਬਰ ਬਣਾਈ ਜਾਓ ਮੈਂ ਕਿਹਾ ਤੀ ਬਾਪੂ ਨੂੰ ਵੀ ਭਾਈ ਕੰਮ ਦਾ ਔਖਾ ਹੈ ਨਾਲੇ ਤਾਂ ਮੇਰੇ ਕੰਮਾਂ ਚ ਡਿੱਗਣ ਪੈਂਦਾ ਹੈ ਸੁਪਨੇ ਜਿਹੜੇ ਆਉਂਦੇ ਨੇ ਇੰਨੇ ਵਧੀਆ ਨਾਲੇ ਜਿਹੜੇ ਘਰ ਦੇ ਕੰਮ ਨੇ ਉਹ ਖਰਾਬ ਹੁੰਦੇ ਨੇ ਅੱਛਾ ਬੂਥਾ ਦੇਖਿਆ ਤੂੰ ਤੇਰੀ ਸਿਫਾਰਸ਼ ਚੱਲੂ ਬਾਪੂ ਕੋਲੇ ਤੇਰਾ ਬੂਥਾ ਦੇਖ ਕੇ ਕੀ ਲੈਣਾ ਮੈਂ ਤਾਂ ਹੀਮਾ ਮਲਾਈ ਦਾ ਕਦੇ ਮਾਧਰੀ ਇਸ਼ਕ ਦਾ ਇੰਨੇ ਵਧੀਆ ਸੁਪਨੇ ਆਉਂਦੇ ਨੇ ਮੇਰਾ ਨਹੀਂ ਕਿਹਾ ਤੇਰਾ ਕਿਹਾ ਤੇਰਾ ਆਪਦੇ ਬੂਥੇ ਵੱਲ ਦੇਖ ਲਾ ਨਾ ਮੇਰਾ ਤਾਂ ਬੂਥਾ ਬਹੁਤ ਸੋਹਣਾ ਹੈ ਲੈ ਮਨ ਮਨ ਮੱਖੀਆਂ ਭਿਣਕਦੀਆਂ ਤੇਰੇ ਮੂੰਹ ਤੇ ਚੰਗਾ ਚੰਗਾ ਨਹੀਂ ਨਾ ਤੂੰ ਬੇਇੱਜ਼ਤੀ ਜੀ ਕਰੀ ਜਾਇਆ ਕਰ ਤੈਨੂੰ ਮੈਂ ਦੱਸਾਂ ਮੇਰੀ ਗੱਲ ਸੁਣ ਲਾ ਮੁੱਦੇ ਤੇ ਆ ਜਾ ਜਿਹੜੀ ਗੱਲ ਮੈਂ ਕਹਿਣੀ ਆ ਤਾਂ ਨਾ ਗੌਰ ਕਰ ਲਾ ਨਹੀਂ ਮੇਥੋਂ ਬੁਰਾ ਕੋਈ ਨਹੀਂ ਅੱਛਾ ਆਹੋ ਉਹ ਦੱਸ ਵੀ ਤਾਂ ਸਹੀ ਹੋਣਾ ਕਰੀਏ ਕੀ ਕਰਨਾ ਤਾਂ ਮੇਰੀ ਗੱਲ ਸੁਣ ਸਾਹਮਣੇ ਉਹ ਚੋਗਾ ਤਾਰਾ ਅੱਛਾ ਉਦੋਂ ਆਪਾਂ ਦੋਨੇ ਜਾਣੇ ਰੱਖਾਂਗੇ ਬਿੜਕਾ ਹੱਥਨੇ ਬਾ ਠੀਕ ਹੈ ਆਹੋ 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 ਹੋਰ ਕੀ ਤਪਹਿਰੇ ਨਾ ਨਾ ਉਦੋਂ ਤਾਂ ਸੁਪਨਾ ਆਉਣਾ ਨਹੀਂ ਮੈਨੂੰ ਕੋਈ ਮੈਂ ਦੇਖ ਲਿਆ ਠੀਕ ਹੈ ਫਿਰ ਐਂ ਕਰ ਤੂੰ ਸੁਪਨਾ ਹੀ ਲੈ ਲਾ ਬਿੜਕਾ ਮੈਂ ਰੱਖ ਲੂੰ ਨਾ 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 ਆਪਾਂ ਕੋਈ ਨਾ ਐ ਮੈਂ ਤੇਰੇ ਨਾਲ ਆ ਇਹ ਜੀ ਕੋਈ ਨਹੀਂ ਐ ਨਹੀਂ ਕੋਈ ਗੱਲ ਹੈਗੀ ਤੈਨੂੰ ਮੈਂ ਦੱਸਾਂ ਆਪਾਂ ਦੇਖਾਂ ਅੱਜ ਆਪਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਰਹਿਣਾ ਹਾਂ ਠੀਕ ਹੈ ਠੀਕ ਆ ਲੈ ਦੇਖਦੇ ਆ ਫਿਰ ਅੱਜ ਆਪਣੇ ਤੂੰ ਬਿੜਕਾ ਰੱਖੀ ਕਈ ਵਾਰ ਉਧਰ ਮੈਂ ਕੰਮ ਧੰਦੇ ਚ ਕਿਤੇ ਲੇਟ ਹੋ ਜਾ ਤੂੰ ਨਾ ਉਹ ਕਰੀ ਇੱਥੋਂ ਹਿੱਲੀ ਨਾ ਬੈਠਾ ਰਹੀ ਚੁੱਪ ਕਰਕੇ ਸ਼ਾਮ ਦਾ ਟਾਈਮ ਹੋਣ ਵਾਲਾ ਹੀ ਆ ਨਹੀਂ ਨਹੀਂ ਇੰਨੇ ਵੀ ਸੁਪਨੇ ਨਹੀਂ ਮੈਂ ਲੈਂਦਾ ਹਾਂ ਤੇਰਾ ਮੱਥਾ ਮਾਰੇ ਤੰਨਾ ਯਾਰ ਮੈਂ ਜਿਹੜਾ ਇਹਦੇ ਨਾਲ ਕੱਟੀ ਜਾਂਦਾ ਚਲੋ ਅੱਜ ਦੇਖਦੇ ਆ ਫਿਰ ਕੀ ਕਰਦਾ ਇਹ ਨਜ਼ਾਰਾ ਆ ਗਿਆ ਮਿੱਤਰਾ ਦੁੱਧ ਪੀ ਕੇ ਤੇ ਹੁਣ ਐਂ ਕਰਦੇ ਆ ਜਿਹੜਾ ਕੰਮ ਕਰਨ ਵਾਲਾ ਉਹ ਕਰ ਦਈਏ ਪਾਣੀ ਪਾ ਦਈਏ ਇਹਦੇ ਚ ਠੀਕ ਆ ਫਿਰ ਉੱਚੀ ਦੇ ਪਾਣੀ ਪਾ ਦਿੰਦੇ ਬਾਪੂ ਨੂੰ ਬੁਲਾ ਲਿਆ ਨਾਲੇ ਬਾਪੂ ਨੂੰ ਵੀ ਪਤਾ ਲੱਗ ਗਿਆ ਅੱਗੇ ਉਹ ਵੀ ਨਹੀਂ ਮੇਰੀਆਂ ਗੱਲਾਂ ਤੇ ਯਕੀਨ ਕਰਦੇ ਸੀ ਆਏ ਕਰ ਬਾਪੂ ਜੀ ਨੂੰ ਵੀ ਆਵਾਜ਼ ਮਾਰ ਲਾ ਉਹਨਾਂ ਨੂੰ ਵੀ ਪਤਾ ਲੱਗ ਜੂ ਉਹ ਕਿਹੜਾ ਮੇਰੀਆਂ ਗੱਲਾਂ ਤੇ ਯਕੀਨ ਕਰਦੇ ਸੀ ਮੈਂ ਨਹੀਂ ਕੁਛ ਕਰਾਈ ਮੈਂ ਨਹੀਂ ਨਾ ਹੋਰ ਮੈਂ ਕਰਤੀ ਸੀ